بسم اللہ الرحمن الرحیم تے السلام علیکم 27 اکتوبر پاکستان چ اتوار دی دوپہر تے اج دے پنجابی وی لاگ چ چڑھ دے تے لین دے پنجاب دے سجناں تےमित्राں پنا تے پراما ماواں تے بزرگاں نو جی ایاں سب تو پہلے جڑی گل تہاڈ نال سانجھ ہی کرنی اے او اے کہ اج 27 اکتوبر بروز اتوار 3 وجے دوپہر لوڑے والا جنوں آندے ہیں لوڑے والے 3 وجے ਅੱਜ ਸਪੇਨ ਦੇ ਸ਼ਹਿਰ ਬਾਰਸਲੋਨਾ ਦੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਜਿਹੜਾ ਸਪੇਨ ਤੇ ਬਾਰਸਲੋਨਾ ਦਾ ਚੈਪਟਰ ਹੈ ਉਹ ਇੱਕ ਬੜੇ ਵੱਡੇ ਇਤਜਾਜ ਦਾ ਇਤਮਾਮ ਕਰ ਰਿਹਾ ਮੈਂ ਵੀ ਉਸੇ ਇਤਜਾਜ ਆਸਤੇ ਇਸ ਵੇਲੇ ਸਪੇਨ ਦੇ ਵਿੱਚ ਬੈਠਾ ਤੇ ਅੱਜ 3 ਵਜੇ ਮੈਂ ਉਸ ਇਤਜਾਜ ਚ ਸ਼ਾਮਿਲ ਹੋਵਾਂਗਾ ਤੁਹਾਡੇ ਸਾਰਿਆਂ ਦੇ ਨਾਲ ਤੁਸੀਂ ਅਗਰ ਸਪੇਨ ਦੇ ਵਿੱਚ ਹੋ ਜਾਂ ਤੁਸੀਂ ਬਾਰਸਲੋਨਾ ਦੇ ਲਾਗੇ ਚਾਗੇ ਹੋ ਕਿਤੇ ਤੇ ਜ਼ਰੂਰ ਇਸ ਇਤਜਾਜ ਚ ਸ਼ਾਮਿਲ ਹੋਣ ਵਾਸਤੇ ਅੱਜ 3 ਵਜੇ ਸੁਪਰ ਬਾਰਸਲੋਨਾ ਦੇ ਵਿੱਚ ਆਓ ਤੇ ਮੇਰੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਪਾਕਿਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਬਾਰੇ ਆਪਣੀ ਆਵਾਜ਼ ਚੁੱਕੋ ਬਾਗ ਦਿਓ ਅਕਸਰ ਲੋਕ ਸੋਚਦੇ ਨੇ ਕਿ ਇਤਿਜਾਜ ਕਰਨਾ ਹੈ ਤਾਂ ਪਾਕਿਸਤਾਨ ਕਰੋ ਇੱਥੇ ਕਰਨ ਦਾ ਕੀ ਫਾਇਦਾ ਉਹ ਮੈਂ ਤੁਹਾਨੂੰ ਦੱਸਣਾ ਅਸਲ ਗੱਲ ਕੀ ਹੈ ਅਸਲ ਗੱਲ ਇਹ ਹੈ ਕਿ ਜਿਹੜਾ ਮੁਲਕ ਹੈ ਨਾ ਉਹਦੇ ਵਿੱਚ ਤੇ ਚਰੋਕਣੀ ਜਿਹੜੀ ਹੈ ਉਹ ਮਾਰਸ਼ਲਾ ਲਾ ਦੇਣੀ ਸੀ ਚੌਧਰੀ ਨੇ ਚੌਧਰੀ ਮਾਰਸ਼ਲਾ ਇਸ ਤੋਂ ਨਹੀਂ ਲਾਉਂਦਾ ਕਿ ਜਦੋਂ ਮਾਰਸ਼ਲਾ ਲੱਗੀ ਹੁੰਦੀ ਹੈ ਨਾ ਤਾਂ ਯੂਰਪ ਦੇ ਜਿੰਨੇ ਮੁਲਕ ਨੇ ਵੇਖੋ ਪੈਸੇ ਰੁਪਈਆ ਪੈਸਾ ਤੇ ਤਗੜਿਆ ਮੁਲਕਾਂ ਨੂੰ ਦੇਣਾ ਨਾ ਸਾਡੇ ਜਿਹੜੇ ਇਸਲਾਮੀ ਭਾਈ ਨੇ ਉਹ ਤੇਲ ਸ਼ੈਲ ਮਾੜਾ ਚੰਗਾ ਆਧਾਰ ਤੇ ਦੇ ਦਿੰਦੇ ਨੇ ਪਰ ਜਿਹੜਾ ਕਰਜ਼ਾ ਲੱਭਦਾ ਉਹ ਯਾ IMF ਕੋਲ ਲੱਭਦਾ ਹੈ ਯਾ ਵਰਲਡ ਬੈਂਕ ਕੋਲ ਲੱਭਦਾ ਹੈ ਯਾ ਉਹ ਕਿ ਤੂੰ ਯੂਰਪ ਤੋਂ ਕਿਤੇ ਲੱਭੇਗਾ ਐਕਸਪੋਰਟ ਵੀ ਸਾਰੀ ਯੂਰਪ ਵਾਲੇ ਪਾਸੇ ਨੂੰ ਹੀ ਹੋਣੀ ਹੈ ਅਮਰੀਕਾ ਵਾਲੇ ਪਾਸੇ ਨੂੰ ਹੀ ਤੇ ਸਾਰਾ ਮਾਲ ਪਾਣੀ ਜਿਹੜਾ ਉਹ ਯੂਰਪ ਤੇ ਅਮਰੀਕਾ ਚ ਹੁਣ ਇਹਨਾਂ ਮੁਲਕਾਂ ਦਾ ਰੌਲਾ ਇਹ ਹੈ ਕਿ ਇਹਨਾਂ ਕਾਨੂੰਨ ਬਣਾਏ ਨੇ ਝੂਠੇ ਸੱਚੇ ਜਿਹੜੇ ਵੀ ਨੇ ਉਹਨਾਂ ਦੇ ਵਿੱਚ ਇਹ ਕਿਸੇ ਵੀ ਮਾਰਸ਼ਲਾਂ ਨੂੰ ਸਪੋਰਟ ਨਹੀਂ ਕਰ ਸਕਦੇ ਇਹ ਜਮਹੂਰੀਅਤ ਨੂੰ ਹੀ ਸਪੋਰਟ ਕਰਦੇ ਨੇ ਹੁਣ ਚੌਧਰੀ ਦੀ ਜਿਹੜੀ ਜਮਹੂਰੀਅਤ ਹੈ ਨਾ ਉਹ ਚੌਧਰੀ ਨੂੰ ਪਸੰਦ ਨਹੀਂ ਉਹ ਮਜਬੂਰੀ ਹੈ ਇਸ ਵਜ੍ਹਾ ਤੋਂ ਚੌਧਰੀ ਨੂੰ ਜਿਹੜਾ ਸਾਸ਼ੇ ਪੈਕ ਉਹ ਨਿੱਕੂ ਸਾਡਾ ਚਾਚਾ ਨਿੱਕਾ ਜਿਹੜਾ ਹੈ ਜਿਹਨੂੰ ਵਜ਼ੀਰਿਆਜ਼ਮ ਬਣਾਇਆ ਸ਼ਬਾਸ਼ ਸ਼ਰੀਫ ਸਾਹਿਬ ਨੂੰ ਉਹੋ ਜੇ ਫਿਰ ਸਾਸ਼ੇ ਪੈਕ ਵਜ਼ੀਰਿਆਜ਼ਮ ਜਿਹੜੇ ਨੇ ਉਹ ਰੱਖਣੇ ਹੁੰਦੇ ਨੇ ਤਾਂ ਕਿ ਅਗਲੇ ਪਾਸੇ ਇੱਕ ਜਮਹੂਰੀਅਤ ਦਾ ਪਖੰਡ ਕਰ ਲੈਣ ਜਿਹਨੂੰ ਝੂਠਾ ਫਸਾੜ ਆਂਦੇ ਨੇ ਅੰਗਰੇਜ਼ੀ ਚ ਫਸਾਦ ਨਹੀਂ ਫਸਾੜ ਤੇ ਉਹ ਫਸਾੜ ਆਂਦੇ ਨੇ ਝੂਠਾ ਬੁਣ ਲੈਣਾ ਮਤਲਬ ਪਖੰਡ ਕਰ ਲੈਣਾ ਤੇ ਪਖੰਡ ਜਿਹੜਾ ਉਹ ਜਮਹੂਰੀਅਤ ਦਾ ਤੇ ਪਿੱਛੋਂ ਜਿਹੜੀ ਇਹ ਖੰਡ ਸਾਰੀ ਆਪ ਖਾ ਜਾਣੀ ਉਹ ਹੁਣ ਰੌਲਾ ਇਹ ਹੈ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਇਹ ਮਾਰਸ਼ਲਾ ਤੋਂ ਡੱਕਦੇ ਹੀ ਇਹ ਮੁਲਕ ਨੇ ਸਾਰੇ ਯੂਰਪ ਹੋਏ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਤਗੜੇ ਜਿਹੜੇ ਸਾਨ ਮੁਲਕ ਨੇ ਸਾਰੇ ਰੁਪਈਆ ਪੈਸਿਆਂ ਦੇ ਵਿੱਚ ਉਹਨਾਂ ਦੀ ਵਜ੍ਹਾ ਤੋਂ ਇਹ ਜਮਹੂਰੀਅਤ ਝੂਠੀ ਸੱਚੀ ਰੱਖਦੇ ਨੇ ਤੇ ਉੱਥੇ ਮਾਰਸ਼ਲਾ ਨਹੀਂ ਲਾਉਂਦੇ ਹੁਣ ਅਗਰ ਪਾਕਿਸਤਾਨ ਦੇ ਵਿੱਚ ਮਜ਼ਾਰੇ ਕਰੋ ਨਾ ਤੇ ਉੱਥੇ ਬੜੇ ਰਾਜ਼ੀ ਨੇ ਲਾਠੀਆਂ ਮਾਰਦੇ ਨੇ ਬੰਦਿਆਂ ਨੂੰ ਚੁੱਕ ਕੇ ਜੇਲਾਂ ਵਿੱਚ ਸੁੱਟ ਦਿੰਦੇ ਨੇ ਨਾ ਕੋ ਪੁੱਛਣ ਵਾਲਾ ਨਾ ਦੱਸਣ ਵਾਲਾ ਅਦਾਲਤਾਂ ਤੁਸੀਂ ਵੇਖ ਹੀ ਲਈਆਂ ਈਜ਼ੀ ਪੈਸੇ ਦੇ ਜ਼ਮਾਨੇ 'ਚ ਕੀ ਕਰਦੀਆਂ ਰਹੀਆਂ ਨੇ ਤੇ ਉੱਥੇ ਇਹਨਾਂ ਨੂੰ ਜ਼ਾਹਿਰ ਹੈ ਕੁਝ ਨਾ ਕੁਝ ਇੰਟਰਨੈਸ਼ਨਲ ਮੀਡੀਆ ਖਬਰ ਦਿੰਦਾ ਤੇ ਤਕਲੀਫ ਤੇ ਉੱਥੋਂ ਵੀ ਹੁੰਦੀ ਹੈ ਬਟ ਓਡੀ ਤਕਲੀਫ ਇਹਨਾਂ ਨੂੰ ਨਹੀਂ ਹੁੰਦੀ ਜਿਹੜੀ ਤਕਲੀਫ ਇਹਨਾਂ ਨੂੰ ਇੱਥੇ ਜਦੋਂ ਇਹਨਾਂ ਮੁਲਕਾਂ 'ਚ ਮਜ਼ਾਰਾ ਕਰਦੇ ਇੱਥੇ ਹੁੰਦੀ ਹੈ ਉਹਦੀ ਵਜ੍ਹਾ ਕਿ ਚੁੰਡੀ ਇੱਥੋਂ ਭਰੀ ਜਾਂਦੀ ਹੈ ਨਾ ਪੈਸੇ ਇੱਥੋਂ ਲੈਣੇ ਹੁੰਦੇ ਨੇ ਇਹਨਾਂ ਦੀ ਵਜ੍ਹਾ ਤੋਂ ਉੱਥੇ ਮਾਰਸ਼ਲ ਨਹੀਂ ਲਾਉਂਦੇ ਵਰਨਾ ਮਾਰਸ਼ਲ ਲਾ ਲੈਣ ਝੂਠੀ ਜਮਹੂਰੀਅਤ ਦਾ ਪਖੰਡ ਕਰਦੇ ਨੇ ਤੇ ਜਦੋਂ ਅਸੀਂ ਇੱਥੇ ਮਜ਼ਾਹਰ ਇਹ ਕਰਦੇ ਆ ਨਾ ਤੇ ਇਹ ਪੁੱਛਦੇ ਨੇ ਫਿਰ ਇਹਨਾਂ ਦੇ ਕੋਲੋਂ ਵੀ ਜੇ ਤੁਸੀਂ ਉੱਥੇ ਐਡਾ ਚੰਗਾ ਕੰਮ ਕਰਨ ਡਏ ਹੋ ਤੇ ਸਾਡੇ ਮੁਲਕਾਂ 'ਚ ਕਿਉਂ ਨਿਕਲੀ ਪਰਦੇ ਨੇ ਸੜਕਾਂ ਦੇ ਉੱਤੇ ਜ਼ਿੰਦਾਬਾਦ ਮਰਦਾਬਾਦ ਕਰਨ ਡਏ ਨੇ ਪਬਲਿਕ ਤੇ ਕਰਲੌਣ ਡਈ ਹੈ ਵਿਲੈਤ ਤੋਂ ਲੈ ਕੇ ਤੇ ਮੈਂ ਸਪੇਨ ਤੋਂ ਲੈ ਕੇ ਤੇ ਨਾਰਵੇ ਤੋਂ ਲੈ ਕੇ ਤੇ ਆਪਣਾ ਅਮਰੀਕਾ ਤੱਕ ਤੇ ਹਰ ਪਾਸੇ ਬਾਹ ਬਾਹ ਹੋਈ ਪਈ ਹੈ ਪਾਕਿਸਾਨੀਆਂ ਦੀ ਤੇ ਉਹ ਜਦੋਂ ਇਹਨਾਂ ਨੂੰ ਪੁੱਛਦੇ ਨੇ ਤੇ ਉੱਥੋਂ ਇਹਨਾਂ ਨੂੰ ਬੜੀ ਪੀੜ ਹੁੰਦੀ ਹੈ ਤੇ ਚੌਧਰੀ ਨੂੰ ਜਿਹੜੀ ਅਸਲ ਤਕਲੀਫ ਹੁੰਦੀ ਹੈ ਜਦੋਂ ਓਵਰਸੀਜ਼ ਪਾਕਿਸਤਾਨੀ ਬਾ ਆਵਾਜ਼ ਚੁੱਕਦੇ ਨੇ ਤੇ ਚੌਧਰੀ ਨੂੰ ਬੜੀ ਤਕਲੀਫ ਹੁੰਦੀ ਐ ਇਸ ਵਾਸਤੇ ਇਹ ਜਿਹੜਾ ਬੰਦਾ ਵੀ ਤੁਹਾਨੂੰ ਆਂਦਾ ਹੈ ਨਾ ਉੱਥੇ ਬਾਹਰ ਮਜ਼ਾਰਿਆਂ ਦਾ ਕੋਈ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਆਨਾ ਤੇ ਬਹੁਤ ਵੱਡਾ ਕੂੜਾ ਆਦਮੀ ਐ ਮੈਂ ਕਿਉਂ ਥਾਂ ਥਾਂ ਫਿਰਦਾ ਐ ਏਡਾ ਖਵਾਰ ਹੁੰਨਾ ਐ ਐਡੀਆਂ ਲੰਮੀਆਂ ਫਲੇਟਾਂ ਲੈ ਕੇ ਐਡੀ ਸਾਰੀ ਜੁਸਤਜੂ ਕਰੀਦੀ ਐ ਕਿਉਂ ਕਰੀਦੀ ਐ ਨੀਂਦਰ ਵੀ ਪੂਰੀ ਨਹੀਂ ਹੁੰਦੀ ਹੋਰ ਐਡੀ ਸਾਰਾ ਸਿਕਿਉਰਿਟੀ ਦੇ ਵੀ ਮਸਲੇ ਨੇ ਨਾ ਸਾਰਿਆਂ ਦੇ ਬਾਵਜੂਦ ਕਿਉਂ ਐਡਾ ਕੱਜਲ ਖਰਾਬ ਹੋਈਦਾ ਕਿਉਂਕਿ ਜਿੰਨਾ ਚੌਧਰੀ ਟਿੱਲ ਮਾਰਦਾ ਨਾ ਜਿੰਨਾ ਆਪਣਾ ਪੱਪਾਂ ਭਾਰ ਹੋ ਕੇ ਜ਼ੋਰ ਮਾਰਦਾ ਹੈ ਨਾ ਮਜ਼ਾਰਿਆਂ ਨੂੰ ਢੱਕਣ ਵਾਸਤੇ ਪਾਕਿਸਤਾਨੀਆਂ ਨੂੰ ਡਰਾਉਂਦਾ ਇੱਥੋਂ ਦੀ ਅਸਮ ਐਮਬੈਸੀਆਂ ਨੂੰ ਜਿਹੜਾ ਉਹ ਜਨਾਬ ਵਾਲਾ ਕਰਦਾ ਹੈ ਉਹ ਇੱਥੋਂ ਦੀ ਪੁਲਿਸ ਨੂੰ ਆਂਦਾ ਹੈ ਬਾਕੀ ਸਾਰੇ ਕੰਮ ਕਰਦਾ ਪਾਕਿਸਤਾਨੀਆਂ ਨੂੰ ਡਰਾਉਂਦੇ ਨੇ ਵੀ ਤੁਸੀਂ ਮਜ਼ਾਰੇ ਚ ਗਏ ਤੇ ਉੱਥੇ ਤੁਹਾਨੂੰ ਪਾਕਿਸਤਾਨ ਆਿਆਂ ਨੂੰ ਫੜ ਲਾਂਗੇ ਨਾ ਫੜ ਨਹੀਂ ਸਕਦੇ ਲੇਕਿਨ ਡਰਾਉਂਦੇ ਨੇ ਝੂਠ ਮੂਠੀ ਤੇ ਇਹ ਸਾਰਾ ਚੌਦੀ ਸਾਹਿਬ ਇਸ ਤੋ ਹੀ ਕਰਦੇ ਨੇ ਵੀ ਅਸਲ ਜਿਹੜਾ ਹੈ ਨਾ ਉਹ ਇਹਨਾਂ ਨੂੰ ਫਿਕਰ ਇਹ ਹੁੰਦੀ ਵੀ ਇਹ ਕਿਤੇ ਮਜ਼ਾਰਿਆਂ ਦੇ ਥਰੂ ਸਾਡਾ ਘੋਟਨਾ ਭਰਿਆ ਜਾਏ ਮਤਲਬ ਕਿ IMF ਤੇ ਦੂਜੇ ਰੁਪਏ ਲੈਣ ਚ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਚੇਤੇ ਕਰੋ ਜਦੋਂ IMF ਤੇ ਬਾਹਰ ਮਜ਼ਾਰਾ ਕੀਤਾ ਸੀ ਤੇ ਕਿੰਨੇ ਮਹੀਨੇ ਕੰਮ ਲੇਟ ਹੋ ਗਿਆ ਸੀ IMF ਵੀ ਜਰਾ ਥੋੜਾ ਜਿਹਾ ਇਕੱਠਾ ਜਾ ਹੋ ਕੇ ਬਹਿ ਗਿਆ ਸੀ ਵੀ ਇਹ ਅਸੀਂ ਕੀ ਕਰਨ ਲੱਗੇ ਬਈ ਇਹ ਪਾਕਿਸਤਾਨੀਆਂ ਤੇ ਬੜਾ ਰੌਲਾ ਪਾਇਆ ਤੇ ਇਹ ਸਾਸ ਤੇ ਮਜ਼ਾਰੇ ਚ ਜ਼ਰੂਰ ਆਉਣਾ ਜੇ ਗਾਂ ਵੀ ਆਣਾ ਜੇ ਤੇ ਅੱਜ ਵੀ ਆਉਣਾ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਅੱਜ ਜਿਹੜੀ ਪਹਿਲੀ ਖਬਰ ਹੈ ਉਹ ਹੈ ਕਿ डान अखबार पाकिस्तान ਦਾ ਬੜਾ ਵੱਡਾ ਅਖਬਾਰ ਹੈ ਉਹਨਾਂ ਇੱਕ ਗਲਤੀ ਕੀਤੀ ਹੈ ਪਤਾ ਨਹੀਂ ਉਹਨਾਂ ਗਲਤੀ ਕੀਤੀ ਹੈ ਜਾਂ ਕੀ ਕੀਤਾ ਉਹਨਾਂ ਜਾਂ ਉਹਨਾਂ ਸਾਡੀ ਕਿਤੇ ਖਬਰ ਉਹਨਾਂ ਤੱਕ ਪੱੜ ਗਈ ਹੈ ਇਹ ਸਾਨੂੰ ਨਹੀਂ ਪਤਾ ਉਹਨਾਂ ਨੇ ਔਰ ਇਹ ਜ਼ਰਾ ਤੁਸੀਂ ਜ਼ਿਹਨ ਚ ਰੱਖਣਾ ਕਿ ਡਾਨ ਜਿਹੜਾ ਨਾ ਉਹ ਪਾਕਿਸਤਾਨ ਦਾ ਮੰਨਿਆ ਪਰਮੰਨਿਆ ਅਖਬਾਰ ਹੈ ਇਹ ਗੱਲ ਅਲੱਗ ਹੈ ਕਿ ਉਹਨਾਂ ਦੀ ਐਡੀਟੋਰੀਅਲ ਲਾਈਨ ਸਾਡੇ ਖਿਲਾਫ ਰਹੀ ਹੈ ਪੀਟੀਆਈ ਦੇ ਲੇਕਿਨ ਉਹਨਾਂ ਦੀ ਅਖਬਾਰ ਦੀ ਜਿਹੜੀ ਕੁਆਲਿਟੀ ਹੈ ਉਹ ਪਾਕਿਸਤਾਨ ਦੇ ਦੂਜੇ ਅਖਬਾਰਾਂ ਤੋਂ ਜ਼ਾਹਿਰ ਹੈ ਬੜੀ ਬਿਹਤਰ ਔਰ ਸਭ ਤੋਂ ਤਗੜਾ ਖਬਰ ਹੈ ਤੇ ਇਹ ਨਾ ਮੰਨਣਾ ਤੇ ਇੱਕ ਜ਼ੁਲਮ ਹੋਏਗਾ ਜ਼ਿਆਤੀ ਹੋਏਗੀ ਹੁਣ ਡਾਨ ਵਾਲਿਆਂ ਨੇ ਜਿਹੜੀ ਖਬਰ ਲਾਈ ਉਹ ਲਾਈ ਹੈ ਕਿ ਚੀਫ ਜਸਟਿਸ ਚੌਧਰੀ ਨੇ ਹਲਫ ਲਾਇਆ ਠੀਕ ਹੈ ਜੀ ਉਹਨਾਂ ਨੇ ਜਿਹੜੇ ਨਵੇਂ ਚੀਫ ਜਸਟਿਸ ਆਏ ਨੇ ਨਾ ਹੁਣ ਤੁਸੀਂ ਆਖੋਗੇ ਚੀਫ ਜਸਟਿਸ ਚੌਧਰੀ ਉਹ ਕਿਹੜਾ ਚੌਧਰੀ ਬਈ ਸਾਨੂੰ ਤੁਹਾਨੂੰ ਸਾਰਿਆਂ ਨੂੰ ਤਾਂ ਯਾਇਆ ਅਫਰੀਦੀ ਸਾਹਿਬ ਦਾ ਪਤਾ ਹੈ ਅਫਰੀਦੀ ਪਠਾਨ ਹੁੰਦੇ ਨੇ ਉਹਨਾਂ ਦੇ ਵਿੱਚ ਚੌਧਰੀ ਤੇ ਲਿਖਦੇ ਹੀ ਨਹੀਂ ਚੌਧਰੀ ਤੇ ਪੰਜਾਬੀਆਂ ਚ ਹੁੰਦੇ ਨੇ ਤੇ ਇਹ ਡਾਂ ਨਾਲਿਆਂ ਨੇ ਕੀ ਕਰ ਛੜਿਆ ਉਹਨਾਂ ਨੇ ਲਿਖਿਆ ਹੈ ਵੀ ਚੀਫ ਜਸਟਿਸ ਚੌਧਰੀ ਜਿਹੜਾ ਉਹਨੇ ਹਲਫ ਲੈ ਲਿਆ ਇਹ ਹੋਣੀ ਬੜੀ ਬਰੀਕ ਗੱਲ ਹੈ ਤੇ ਇਹਦੇ ਉੱਤੇ ਜ਼ਾਹਰ ਹੈ ਕੋਰੋਂ ਫਿਕਰ ਕਰਨਾ ਸੀ ਅਸੀਂ ਲੰਬੜਦਾਰ ਸਾਹਿਬ ਨਾਲ ਰਾਬਤਾ ਕੀਤਾ ਲੰਬੜਦਾਰ ਸਾਹਿਬ ਨੇ ਤੁਹਾਨੂੰ ਬਤਾ ਸਿੱਧੀ ਗੱਲ ਕਰਨ ਵਾਲੇ ਬੰਦੇ ਨੇ ਉਹਨਾਂ ਨੇ ਆਖਿਆ ਵੀ ਗਿਲ ਸਾਹਿਬ ਮੈਂ ਤੁਹਾਨੂੰ ਖਬਰਾਂ ਸਿਆਸੀ ਸਿਸਟਮ ਦੇ ਵਿੱਚੋਂ ਦਿੰਨਾ ਮੈਂ ਖਬਰਾਂ ਜਿਹੜੀਆਂ ਤੁਹਾਨੂੰ ਦਿੰਨਾ ਹੈ ਜਿਹੜੇ ਸਿਆਸੀ ਸਿਸਟਮ ਨੇ ਜਾਂ ਜਿਹੜੇ ਜਿਹੜੇ ਆਪਣੇ ਬਿਊਰੋਕ੍ਰੇਸੀ ਦੇ ਸਿਸਟਮ ਨੇ ਉਹਨਾਂ ਕਿਹਾ ਮੈਂ ਮੀਡੀਆ ਦੇ ਵਿੱਚ ਨਹੀਂ ਕਦੇ ਵੀ ਪੈਣਾ ਮੈਂ ਕਹ ਜੀ ਉਹ ਕਿਉਂ ਉਹਨਾਂ ਕਹ ਯਾਰ ਮੀਡੀਆ ਵਾਲਿਆਂ ਦੇ ਨਾਲ ਫਿਰ ਦੁਸ਼ਮਣੀ ਪਾਉਣੀ ਠੀਕ ਨਹੀਂ ਇਹ ਲੰਬਣਾ ਸ਼ੁਰੂ ਕਰ ਦੇਣਗੇ ਵੀ ਲੰਬੜਦਾਰ ਹੈ ਕੌਣ ਮੇਰੇ ਆਸਤੇ ਮਸਲਾ ਬਣ ਜੇਗਾ ਇਹ ਡੌਨ ਵਾਲਿਆਂ ਕੀ ਕੀਤਾ ਕਿੰਜ ਕੀਤਾ ਇਹਨੂੰ ਛੱਡ ਦਿਓ ਪਾਸੇ ਤੇ ਕਰੋ ਕੰਮ ਮਤਲਬ ਕਿ ਮੈਨੂੰ ਇਹਦੇ ਵਿੱਚ ਇਨਵੋਲਵ ਨਾ ਕਰੋ ਮੈਂ ਡਾਂ ਦੇ ਉੱਤੇ ਕੋਈ ਤਫ਼ਸਰਾਂ ਨਹੀਂ ਕਰਨਾ ਕਿ ਇਨ ਆਫਰੀਦੀ ਸਾਹਿਬ ਨੂੰ ਚੌਧਰੀ ਕਿਉਂ ਲਿਖਿਆ ਅੱਛਾ ਜੀ ਲੰਬੜਦਾਰ ਸਾਹਿਬ ਜਦੋਂ ਹੱਥ ਖੜੇ ਕਰ ਦਿੱਤੇ ਸਾਨੂੰ ਫਿਰ ਇੱਕ ਡੌਨ ਦੇ ਪੁਰਾਣੇ ਵੱਡੇ ਸਾਫੀ ਹਾਂਜੀ ਵੈਸੇ ਤੇ ਅਰਸ਼ੇ ਸ਼ਰੀਫ ਸਾਹਿਬ ਨੇ ਵੀ ਡੌਂਚ ਕੰਮ ਕੀਤਾ ਹੈ ਸ਼ਹੀਦ ਨੇ ਸਾਡਾ ਭਰਾ ਸੀ ਸਾਡਾ ਯਾਰ ਸੀ ਉਹਨੂੰ ਜਿਸ ਤਰੀਕੇ ਨਾਲ ਕਤਲ ਕੀਤਾ ਸ਼ਹੀਦ ਕੀਤਾ ਜਿਹੜਾ ਜ਼ੁਲਮ ਕੀਤਾ ਉਹਦੇ ਜਿਹੜੇ ਜ਼ਾਲਮ ਨੇ ਅੱਜ ਨਹੀਂ ਤੇ ਕੱਲ ਰੱਬ ਦੇ ਹੁਕਮ ਨਾਲ ਸਜ਼ਾ ਵੀ ਪਾਉਣਗੇ ਤੇ ਪਬਲਿਕ ਦੇ ਸਾਹਮਣੇ ਵੀ ਉਹਨਾਂ ਦੀਆਂ ਜਿਹੜੀਆਂ ਸ਼ਕਲਾਂ ਵੀ ਰੱਬ ਲੈ ਕੇ ਆਏਗਾ ਬਲਕਿ ਬਦ ਸ਼ਕਲਾਂ ਲੈ ਕੇ ਆਏਗਾ ਲੇਕਿਨ ਬਾਹਰ ਉਹ ਵੀ ਵੱਡੇ ਵੱਡੇ ਸਾਫੀ ਸਨ ਡੌਨ ਦੇ ਲੇਕਿਨ ਇੱਕ ਹੋਰ ਸਾਡਾ ਯਾਰ ਹੈ ਉਹਨੇ ਵੀ ਡੌਨ ਦੇ ਵਿੱਚ ਕੰਮ ਕੀਤਾ ਤੇ ਉਹਦੇ ਨਾਲ ਰابطਾ ਕੀਤਾ ਉਹਨੂੰ ਪੁੱਛਿਆ ਕਿ ਭਈ ਇਹ ਡਾਣ ਨੇ ਕੀ ਕੀਤਾ ਉਹਨੇ ਫਿਰ ਮੇਰਾ ਰਾਬਤਾ ਕਰਾਇਆ ਜਿਹੜਾ ਐਸ ਵੇਲੇ ਇੱਕ ਮੰਨਿਆ ਪਰ ਮੰਨਿਆ ਬੰਦਾ ਡਾਣ ਦੇ ਵਿੱਚ ਵੈਸੇ ਤੇ ਜ਼ਾਹਿਰ ਹੈ ਹਕੂਮਤ ਚ ਰਿਆਂ ਡਾਣ ਦੀ ਜਿਹੜੀ ਟਾਪ ਮੈਨੇਜਮੈਂਟ ਉਹਨਾਂ ਸਾਰਿਆਂ ਨਾਲ ਵੀ ਰਾਬਤਾ ਲੇਕਿਨ ਡਾਇਰੈਕਟ ਤੇ ਨਹੀਂ ਸੀ ਪੁੱਛ ਸਕਦਾ ਤੇ ਅੰਦਰੋਂ ਚੂਹਾ ਖਬਰ ਸੀ ਨਾ ਅੰਦਰੋਂ ਦੀ ਜਾ ਕੇ ਪੁੱਛਣਾ ਸੀ ਵੀ ਹੋਇਆ ਕੀ ਹੈ ਉਹ ਫਿਰ ਜਿਸ ਵੇਲੇ ਪੁੱਛਿਆ ਉਹਨਾਂ ਕਿ ਜੀ ਗਲਤੀ ਨਹੀਂ ਲੱਗੀ ਹੈ ਜਿਹੜਾ ਤੁਸੀਂ ਸਾਰੇ ਚੌਧਰੀ ਨਿਜ਼ਾਮਦੀਨ ਚੌਧਰੀ ਨਿਜ਼ਾਮਦੀਨ ਆਂਦੇ ਹੋ ਤੇ ਇਹ ਜਰਾ ਥੋੜੀ ਸ਼ਰਾਰਤ ਕੀਤੀ ਗਈ ਹੈ ਇਹ ਉਹਨਾਂ ਦੇ ਨਾਮ ਦੇ ਨਾਲ ਚੌਧਰੀ ਲਿਖਿਆ ਵੀ ਇਹ ਦੱਸਿਆ ਵੀ ਇਹ ਚੀਫ ਜਸਟਿਸ ਕਿਨਾਂ ਦਾ ਹੈ ਤੇ ਇਹਨਾਂ ਨੂੰ ਕੌਣ ਲੈ ਆਏ ਨੇ ਮਤਲਬ ਕਿ ਚੌਧਰੀ ਸਾਹਿਬ ਦਾ ਬੰਦਾ ਹੈ ਵੀ ਚੌਧਰੀ ਨੇ ਆਪ ਹੀ ਲੈ ਲਿਆ ਹੈ ਚੌਧਰੀ ਨੇ ਆਪ ਹੀ ਲੈ ਲਿਆ ਹਲਫ ਤੇ ਇਹ ਹੁਣ ਗੱਲ ਕਿੰਨੀ ਕੁ ਠੀਕ ਹੈ ਕਿੰਨੀ ਗਲਤ ਹੈ ਤੇ ਆਉਣ ਵਾਲੇ ਵੇਲੇ ਨੇ ਦੱਸ ਦੇਣੀ 10 ਵੀ ਦਿੱਤੀ ਹੈ ਕੁਝ ਚੀਫ ਜਸਟਿਸ ਜਿਹੜੇ ਨਵੇਂ ਬਣੇ ਨੇ ਉਹਨਾਂ ਚਾਰ ਜਿਹੜੇ ਕੰਮ ਕੀਤੇ ਨੇ ਚਾਰ ਪੰਜ ਉਹ ਤੇ ਉਹਨਾਂ ਮੈਂ ਹੀ ਅੱਖਾਂ ਬਿਲੀਆਂ ਹੀ ਬੰਦ ਦਿੱਤੀਆਂ ਨੇ ਇੱਕ ਤੇ ਉਹਨਾਂ ਫੁੱਲ ਕੋਰਟ ਸੱਦੀ ਹੈ ਉਹ ਤੇ ਚਲੋ ਸਾਰੇ ਚੀਫ ਜਸਟਿਸ ਸਾਡੇ ਦੇ ਨੇ ਫਿਰ ਉਹਨਾਂ ਜੁਡੀਸ਼ੀਅਲ ਕਾਉਂਸਲ ਦਾ اجلاس ਬੁਲਾ ਲਿਆ ਉਹਦੇ ਵਿੱਚ ਕਾਜ਼ੀ ਸਾਹਿਬ ਦੇ ਵੀ ਰੈਫਰੈਂਸ ਨੇ ਉਹਦੇ ਵਿੱਚ ਦੂਜੇ ਸੱਜਣ ਜਿਹੜੇ ਆਪਣੇ ਆਮੀਰ ਫਾਰੂਕ ਸਾਹਿਬ ਨੇ ਉਹਨਾਂ ਦੇ ਵੀ ਰੈਫਰੈਂਸ ਪਏ ਨੇ ਫਿਰ ਉਹਨਾਂ ਸੀਨੀਅਰਿਟੀ ਦੀ ਲਿਸਟ ਜਾਰੀ ਕੀਤੀ ਹੈ ਉਸ ਸੀਨੀਅਰਿਟੀ ਲਿਸਟ ਦੇ ਮੁਤਾਬਕ ਜਸਟਿਸ ਯਾਇਆ ਜਸਟਿਸ ਮਨਸੂਰ ਤੇ ਜਸਟਿਸ ਮੁਨੀਬ ਤਿੰਨ ਟਾਪ ਦੇ ਸੀਨੀਅਰ ਜੱਜ ਆ ਗਏ ਨੇ ਉਸ ਹਿਸਾਬ ਨਾਲ ਹੁਣ ਜੁਡੀਸ਼ੀਅਲ ਕਾਉਂਸਲ ਦੇ ਵਿੱਚ ਵੀ ਇਹ ਜਾਣਗੇ ਫੇਰ ਉਹਨਾਂ ਪ੍ਰੈਕਟਿਸ ਐਂਡ ਪ੍ਰੋਸੀਜਰ ਕਮੇਟੀ ਜਿਹੜੀ ਹੈ ਉਹ ਦੋਰੇ ਢਾ ਕੇ ਫੇਰ ਬਣਾਤੀ ਪੰਜਾਬੀ ਜਾਨਾ ਢਾ ਕੇ ਬਣਾਉਣੀ ਉਹਨਾਂ ਨੇ ਢਾ ਕੇ ਫੇਰ ਬਣਾਤੀ ਹੈ ਤੇ ਉਹਦੇ ਵਿੱਚੋਂ ਜਸਟਿਸ ਅਮੀਨਉਦੀਨ ਸਾਹਿਬ ਨੂੰ ਬਾਹਰ ਕੱਢ ਛੜਿਆ ਮੈਂ ਇਹ ਨਹੀਂ ਆਖਾਂਗਾ ਕਿਉਂਕਿ ਜਸਟਿਸ ਨੇ ਇਹ ਨਹੀਂ ਮੈਂ ਆਖ ਸਕਦਾ ਕਿ ਕੰਨੋ ਫੜ ਕੇ ਬਾਹਰ ਕੱਢ ਛੜਿਆ ਹੈ ਬਰਾਹਰ ਉਹਨਾਂ ਨੇ ਰਿਕਵੈਸਟ ਕੀਤੀ ਵੀ ਤੁਸੀਂ ਬਾਹਰ ਹੋ ਜਾਓ ਤੇ ਉਹਨਾਂ ਉਹਨਾਂ ਦੀ ਜਗ੍ਹਾ ਤੇ ਜਸਟਿਸ ਮੁਨੀਬ ਸਾਹਿਬ ਨੂੰ ਪਾ ਛੜਿਆ ਇਹਨਾਂ ਹਾਲਾਤ ਦੇ ਵਿੱਚ ਹੁਣ ਇਹ ਜਿਹੜੇ ਸਾਰੇ ਕੰਮ ਉਹਨਾਂ ਕੀਤੇ ਨੇ ਇਹਨਾਂ ਦੇ ਵਿੱਚੋਂ ਤੇ ਵਾਜ਼ੇ ਨਜ਼ਰ ਆਉਣ ਡਿਆ ਵੀ ਇਹ ਚੌਧਰੀ ਵਾਲੇ ਅਫਰੀਦੀ ਨਹੀਂ ਹੈ ਅਫਰੀਦੀ ਵਾਲੇ ਹੀ ਅਫਰੀਦੀ ਨੇ ਬਹਰਲ ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਹੈ ਕਿ ਚੀਫ ਜਸਟਿਸ ਤੇ ਉਹਨਾਂ ਨੂੰ ਉਹਨਾਂ ਨੇ ਹੀ ਬਣਾਇਆ ਅਸੀਂ ਬਹੁਤੀਆਂ ਉਮੀਦਾਂ ਵੀ ਨਹੀਂ ਲਾ ਸਕਦੇ ਹਲੇ ਜਰਾ ਸੀਟ ਨੂੰ ਘੁੱਟ ਕੇ ਬਹਿਣਾ ਹੈ ਤੇ ਹਲੇ ਜਰਾ ਆਪਣਾ ਪੱਗਸ਼ਕ ਸਾਹਮਣੇ ਬਹਿਣੀ ਸਾਰਿਆਂ ਨੇ ਤੇ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਏਗਾ ਕਿ ਅਫਰੀਦੀ ਸਾਹਿਬ ਕੀ ਕਰਦੇ ਨੇ ਉਹਨਾਂ ਦੀਆਂ ਗੱਲਾਂ ਦੇ ਉੱਤੇ ਹੀ ਚੱਲਦੇ ਨੇ ਜਿਨ੍ਹਾਂ ਨੇ ਆਖਿਆ ਸੀ ਇਹਨਾਂ ਨੂੰ ਵੀ ਤੁਹਾਨੂੰ ਚੀਫ ਜਸਟਿਸ ਬਣਾਉਣਾ ਤੇ ਫਿਰ ਬਣਾ ਛੱਡਿਆ ਜਾਂ ਵਾਕਈ ਦੂਜੇ ਦੋ ਜੱਜਾਂ ਨਾਲ ਰਲ ਕੇ ਜਾਂ ਚਾਰ ਨਾਲ ਜਾਂ 10 ਨਾਲ ਇਨਸਾਫ ਤੇ ਕਾਨੂੰਨ ਦੀ ਗੱਲ ਕਰਦੇ ਨੇ ਬਹਰ ਲੱਗੇ ਚੱਲਦੇ ਆ ਇਹ ਤੇ ਇੱਕ ਚੌਧਰੀ ਸਾਹਿਬ ਵਾਲੀ ਗੱਲ ਸੀ ਅਗਲੀ ਖਬਰ ਇਹ ਹੈ ਕਿ ਹਬੀਬ ਅਕਰਮ ਸਾਹਿਬ ਨੇ ਕਾਜ਼ੀ ਫਾਇਜ਼ ਦੀ 사ਦੀ ਜ਼ਿੰਦਗੀ ਤੇ ਤਬਸਰਾ ਕੀਤਾ ਉਹਨਾਂ ਆਖਿਆ ਇਹ ਉਹ ਬੰਦਾ ਹੈ ਜਿਹੜਾ ਅਗਰ ਖਮੂਸ਼ ਜਦੋਂ ਬੋਲਦਾ ਸੀ ਤੇ ਉਹਦੇ ਨਾਲ ਉਹਦੀ ਖਮੋਸ਼ੀ ਚੰਗੀ ਸੀ ਭੈੜਾ ਕੁੰਦਾ ਸੀ ਸੁਭਾਈ ਕੱਬਾ ਸੀ ਹਰ ਬੰਦੇ ਨਾਲ ਇੰਜ ਸੀ ਜਿਵੇਂ ਤੁਹਾਨੂੰ ਪਤਾ ਵੀ ਨੁਕਰ ਤੇ ਕਈ ਵਾਰੀ ਬੰਦੇ ਪੈ ਜਾਂਦੇ ਨੇ ਬੰਦੇ ਜਾਂ ਕੋਈ ਹੋਰ ਸ਼ਾਇਦ ਵੀ ਨੁਕਰ ਤੋਂ ਰੰਗ ਉਹ ਤੇ ਪੈ ਜਾਂਦੀ ਹੈ ਕਾਜ਼ੀ ਸਾਹਿਬ ਦਾ ਵੀ ਐ ਇਸ ਵੀ ਕੋਈ ਸਾਹਮਣੇ ਹੁਣਾਂ ਨਹੀਂ ਸਕਦਾ ਪੈ ਜਾਂਦੇ ਸਨ ਉਹਨੂੰ ਉਸ ਤੋਂ ਬਾਅਦ ਉਹਨਾਂ ਆਖਿਆ ਕਿ ਇਹ ਜਿਸ ਵੇਲੇ ਚੁੱਪ ਰਹਿੰਦਾ ਸੀ ਤੇ ਉਹ ਭਲੀ ਇਹਦੀ ਇਹਦੀ ਚੁੱਪ ਜਿਹੜੀ ਇਹਦੀ ਗੱਲ ਤੋਂ ਚੰਗੀ ਸੀ ਉਹਨਾਂ ਕਹਿੰਦਾ ਜਦੋਂ ਸੌਂਦਾ ਸੀ ਤੇ ਚੰਗਾ ਸੀ ਇਹ ਜਾਗਦਾ ਜਿਹੜਾ ਉਹ ਭੜਾ ਸੀ ਤੇ ਸੁੱਤਾ ਚੰਗਾ ਸੀ ਹੁਣ ਇਹ ਇਤਨੀ ਆਖ ਸਕਦੇ ਵੀ ਮਰ ਜਾਏ ਕਾਜ਼ੀ ਅਸੀਂ ਵੀ ਨਹੀਂ ਆਖਾਂਗੇ ਰੱਬ ਉਹਨੂੰ ਜ਼ਿੰਦਗੀ ਦੇਵੇ ਕਿਉਂ ਇਹੋ ਜੀ ਬਦਵਾ ਦਈਏ ਲੇਕਿਨ ਬਹਰਾਲ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੀ ਹੈ ਵੀ ਸੁੱਤਾ ਮਰਿਆ ਰਹਿੰਦਾ ਕਿਤੇ ਘਾਟੀ ਜਾਗਦਾ ਜਦੋਂ ਜਾਗਦਾ ਸੀ ਤੇ ਗਾਂਧ ਹੀ ਪਾਉਂਦਾ ਸੀ ਪਾਕਿਸਤਾਨ 'ਚ ਫਿਰ ਉਹਨਾਂ ਆਖਿਆ ਵੀ ਇਹ ਜੇ ਜੱਜ ਨਾ ਬਣਦਾ ਤੇ ਚੰਗਾ ਸੀ ਇਹਦੀ ਜੱਜੀ ਜਿਹੜੀ ਸੀ ਉਹ ਭੈੜੀ ਸੀ ਤੇ ਨਾ ਬਣਦਾ ਮਤਲਬ ਉਹਨਾਂ ਨੇ ਕਾਜ਼ੀ ਸਾਹਿਬ ਦੇ ਹੋਂਦ ਤੇ ਹੀ ਜਿਹੜਾ ਨਾ ਉਹ ਲਾਮਤ ਮਲਾਮਤ ਕੀਤੀ ਹੈ ਵੀ ਇਹ ਨਾ ਹੀ ਹੁੰਦਾ ਤੇ ਤਾਦੀ ਚੰਗਾ ਸੀ ਬਹਰਾਲ ਉਹ ਤੇ ਹੁਣ ਜੰਮਣ ਦੇ ਉੱਤੇ پابੰਦੀ ਤੇ ਨਹੀਂ ਲਾਈ ਜਾ ਸਕਦੀ ਵਾਪਸ ਵੀ ਨਹੀਂ ਘੱਲਿਆ ਜਾ ਸਕਦਾ ਇਹ ਕੋਈ ਐਸੀ ਹੁਣ ਮੇਰਾ ਮਤਲਬ ਹੈ ਪ੍ਰੋਡਕਟ ਤੇ ਹੈ ਨਹੀਂ ਕਿ ਕਾਜ਼ੀ ਸਾਹਿਬ ਦੇ ਅੱਬੇ ਨੂੰ ਜਾਂ ਅੰਮਾ ਨੂੰ ਆਕੋ ਵੀ ਇਹ ਵਾਪਸ ਲੈ ਲੋ ਸਾਨੀ ਚਾਹੀਦਾ ਤੋਹਫਾ ਭੇੜਾ ਨਿਕਲ ਆਇਆ ਤੁਹਾਡਾ ਮਤਲਬ ਆਂਡਿਆਂ ਚ ਚੂਚਾ ਭੇੜਾ ਨਿਕਲ ਆਵੇ ਤੋ ਚਲੋ ਕੁਝ ਨਾ ਕੁਝ ਹੋ ਸਕਦਾ ਪਰ ਇਹਨਾਂ ਦਾ ਕੀ ਹੋਣਾ ਦੀ ਤੁਹਾਨੂੰ ਭੁਗਤਣਾ ਪੈਣਾ ਪਾਕਿਸਤਾਨ ਭੁਗਤਿਆ ਅੱਛਾ ਜੀ ਅਗਲੀ ਕਬਰ ਜਿਹੜੀ ਹੈ ਉਹ ਆਂਦੇ ਨੇ ਵੀ ਜਲਾਈ ਦੀਆਂ ਮਸ਼ਕਰੀਆਂ ਮਾਂ ਭੈਣ ਨਾਲ ਉਹ ਇੱਕ ਮਹਾਵਰਾ ਹੈ ਤੇ ਉਹ ਹੁਣ ਇਹ ਜਿਹੜੀ ਖਬਰ ਅਗਲੀ ਹੈ ਉਹ ਵੇਖ ਕੇ ਇੰਜ ਹੀ ਲੱਗਦਾ ਵੀ ਉਹ ਮੁਹਾਵਰਾ 사ਦਕ ਆਉਣ ਡਿਆ ਕਾਦੇ ਉੱਤੇ ਨਵਾਜੀਬ ਸਾਹਿਬ ਉੱਤੇ ﺍﻟताफ हुसैन ਸਾਹਿਬ ਨੇ ਨਵਾਜੀਬ ਸਾਹਿਬ ਨੂੰ ਛੇੜਿਆ ਹੈ ਉਹਨਾਂ ਨੇ ਨਵਾਜੀਬ ਸਾਹਿਬ ਨੂੰ ਚੁੰਡੀ ਪਰੀ ਜਦੋਂ ਵਾਪਸ ਆਏ ਉਹਨਾਂ ਕਹਿੰਿਆ ਇੱਕ ਤੇ ਮੈਂ ਵਤਨ 'ਚ ਵਾਪਸ ਆਉਂਦੇ ਤੁਹਾਨੂੰ ਤੁਹਾਨੂੰ ਖੁਸ਼ ਆਮਦੀਦਾਨ ਹੈ ਆਪਣੇ ਵਤਨ ਆਏ ਹੋ ਦੂਜਾ ਉਹਨਾਂ ਆਖਿਆ ਵੀ ਤੁਹਾਡੇ ਨਾਲ ਮੈਂ ਥੋੜਾ ਜਾ ਇਸ ਵੇਲੇ ਪੁਰਸਾ ਵੀ ਕਰਨਾ ਵੀ ਤੁਹਾਨੂੰ ਇੱਥੋਂ ਖੜਿਆ ਸੀ ਟਾਕੀ ਸ਼ਾਕੀ ਮਾਰ ਕੇ ਮਤਲਬ ਸੋਹਣਾ ਵਰਾ ਕਰਕੇ ਇਹ ਤੋਂ ਘੜਿਆ ਸੀ ਮਤਲਬ ਫੱਬ ਕੇ ਗਏ ਸੋ ਉੱਥੇ ਵੀ ਵਜ਼ੀਰ ਆਜ਼ਮ ਬਣਨਾ ਹੈ ਉੱਥੇ ਤੁਹਾਨੂੰ ਕਿਸੇ ਐਮਐਨਏ ਵੀ ਨਹੀਂ ਬਣਨ ਦਿੱਤਾ ਉੱਤੇ ਤੁਹਾਨੂੰ ਚੌਧਰੀ ਨੇ ਮੇਰਾ ਮਤਲਬ ਰੰਦਾ ਮਾਰ ਕੇ ਰੱਖ ਦਿੱਤਾ ਤੁਹਾਡੇ ਉੱਤੇ ਅੱਛਾ ਲੱਕੜ ਚੰਗੀ ਹੋਵੇ ਨਾ ਉੱਤੇ ਰੰਦਾ ਮਾਰੋ ਤੇ ਉਹ ਲੱਕੜ ਜਿਹੜੀ ਹੈ ਨਾ ਬਿਲਕੁਲ ਲਵੀ ਨਿਕਲਦੀ ਹੈ ਥੱਲੇੋਂ ਪਦਰੀ ਨਿਕਲਦੀ ਹੈ ਤੇ ਲੱਕੜ ਭੈੜੀ ਹੋਵੇ ਨਾ ਉਹਦੇ ਵਿੱਚ ਖੂੰਗੀ ਸ਼ੂੰਗੀ ਬਹੁਤੇ ਆਉਣ ਤੇ ਰੰਦਾ ਮਾਰੋ ਤੇ ਵਿੱਚੋਂ ਫਿਰ ਗੰਡਾ ਵੀ ਨਿਕਲ ਆਉਂਦੀ ਹੈ ਲੱਕੜੀ ਦੇ ਵਿੱਚੋਂ ਹੁਣ ਨਵਾਜ਼ ਸ਼ਰੀਫ ਦੇ ਉੱਤੇ ਚੌਧਰੀ ਨੇ ਰੰਦਾ ਕਿਤੇ ਭਾਰਾ ਮਾਰ ਦਿੱਤਾ ਹੁਣ ਵਿੱਚੋਂ ਗੰਡਾ ਨਿਕਲਿਆ ਨਾ ਨਵਾਜ਼ ਸ਼ਰੀਫ ਸਾਹਿਬ ਜਿਹੜੇ ਉਜੜੇ ਹੋ ਜਿਹੜੇ ਲਗੰਡੇ ਨੇ ਕੱਲ ਜੇ ਇਸ ਵੇਲੇ ਲੰਡਨ ਗਏ ਨੇ ਤੇ ਲੰਡਨ ਵਾਲਿਆਂ ਨੇ ਉੱਥੇ ਉਹਨਾਂ ਦੀਆਂ ਕੜਤਲਾਂ ਵਜਾ ਕੇ ਰੱਖ ਦਿੱਤੀਆਂ ਨੇ ਜੋ ਗਾਲ ਮੰਦਾ ਕੀਤਾ ਹੈ ਜੋ ਜ਼ਿੰਦਾਬਾਦ ਮਰਦਾਬਾਦ ਕੀਤੇ ਜੋ ਉਹਨਾਂ ਦੀ ਤਬਾਈ ਫੇਰੀ ਹੈ ਉਹ ਆਪਣੇ ਥਾਂ ਤੇ ਬਹਰਲ ਹੁਣ ﺍﻟताਫ ਹੁਸੈਨ ਸਾਹਿਬ ਨੇ ਵੀ ਉਹਨਾਂ ਦਾ ਬਖਾਲ ਉਡਾਇਆ ਵੀ ਤੇਰੇ ਨਾਲ ਉੱਥੇ ਕੀ ਬਣੀ ਭਰਾ ਮੇਰਾ ਤੂੰ ਗਿਆ ਤੇ ਵਜ਼ੀਰ ਆਜ਼ਮ ਬਣਨ ਸੈ ਤਾਂ ਉੱਥੋਂ ਖੱਜਲ ਹੋ ਕੇ ਵਾਪਸ ਆਇਆ ਅੱਛਾ ਜੀ ਅਗਲੀ ਖਬਰ ਇਹ ਹੈ ਕਿ پاکستان ਨੇ ਟੈਸਟ ਸੀਰੀਜ਼ ਹੋਮ ਸੀਰੀਜ਼ ਜਿੱਤ ਲਈਏ ਬੜੀ ਦੇਰ ਤੋਂ ਬਾਅਦ ਸ਼ੁਕਰ ਹੈ ਵਰਨਾ ਤੇ ਅਸੀਂ 1965 ਤੋਂ ਬਾਅਦ ਸਭ ਤੋਂ ਬਦਤਰ ਸਾਡੀ ਪਰਫਾਰਮੈਂਸ 'ਚ ਆਗੇ ਸਨ ਇਹ ਬੜਾ ਅੱਲਾ ਨੇ ਕਰਮ ਕੀਤਾ ਹੈ ਕਿ ਅਸੀਂ ਆਖਰਕਾਰ ਜਿੱਤੀਏ ਤੇ ਇੱਕ ਚੰਗੀ ਖਬਰ ਹੈ ਇਹ ਤੇ ਖੁਸ਼ ਹੋਣਾ ਚਾਹੀਦਾ ਦੂਜੀ ਇਹ ਹੈ ਕਿ ਜਿਹੜੇ ਦੋ ਫਨਕਾਰ ਨੇ ਨਵਾਜ਼ ਸ਼ਿਫਤ ਸਾਹਿਬ ਦੇ ਨਾਲ ਨਾਲ ਪਤਾ ਲੱਗਾ ਵੀ ਹਮਜ਼ਾ ਸ਼ਬਾਦ ਸਾਹਿਬ ਵੀ ਜਿਹੜੇ ਨੇ ਉਹ ਲੰਡਨ ਅਪੜ ਗਏ ਨੇ ਇਹ ਮੇਰਾ ਖਿਆਲ ਹੈ ਲੰਡਨ ਪਲਾਨ ਵਾਲੇ ਸਾਰੇ ਹੀ ਬੰਦੇ ਜਿਹੜੇ ਨੇ ਉੱਥੇ ਅਪੜੀ ਜਾ ਰਹੇ ਨੇ ਤੇ ਇਹਨਾਂ ਹੁਣ ਪਾਕਿਸਤਾਨ ਵਾਲ ਨੂੰ ਉਦੋਂ ਹੀ ਮੂੰਹ ਕਰਨਾ ਜਦੋਂ ਇਹਨਾਂ ਵੇਖਣਾ ਵੀ ਜਿਹੜੇ ਅਫਰੀਦੀ ਸਾਹਿਬ ਨੇ ਉਹ ਅਫਰੀਦੀ ਨੇ ਕਿ ਚੌਧਰੀ ਨੇ ਤੇ ਉਸ ਹਿਸਾਬ ਨਾਲ ਹੀ ਹਿਸਾਬ ਲਾਣਗੇ ਵਰਨਾ ਇਹਨਾਂ ਨੇ ਆਉਣਾ ਕੋਈ ਨਹੀਂ ਅੱਛਾ ਜੀ ਸਾਬਰ ਸ਼ਾਕਰ ਸਾਹਿਬ ਨੇ ਵੀ ਇਹੀ ਆਖਿਆ ਵੀ ਲੰਡਨ ਪਲਾਨ ਵਾਲੇ ਸਾਰੇ ਜਿਹੜੇ ਬੰਦੇ ਨੇ ਉਹ ਉੱਥੇ ਅਪੜ ਗਏ ਨੇ ਔਰ ਉਹਨਾਂ ਨੇ ਹੁਣ ਇੱਥੇ ਬੈ ਕੇ ਕੋਈ ਨਵਾਂ ਜ਼ਾਹਿਰ ਹੈ ਨਵੀਂ ਕੋਈ ਫਸਾਦ ਉਤੋਂ ਬਰਪਾ ਕਰਨਗੇ ਹੋਰ ਉਹਨਾਂ ਕੀ ਕਰਨਾ ਉਤੋਂ ਨਾ ਆਪਸਾ ਉਹ ਨਾਲ ਕੰਮ ਤੇ ਇਸ ਵੇਲੇ ਮੈਨੂੰ ਥੋੜੇ ਥੋੜੇ ਦਿਨਾਂ ਤੱਕ ਤੇ ਓਕਾ ਹੀ ਲੱਗਦਾ ਹੈ ਅੱਜ ਦੀ ਅਗਲੀ ਖਬਰ ਜਿਹੜੀ ਹੈ ਨਾ ਉਹ ਨੰਬਰਦਾਰ ਸਾਹਿਬ ਦੀ ਹੈ ਉਹ ਇਹ ਹੈ ਕਿ ਜਿਹੜੇ ਅਫਰੀਦੀ ਸਾਹਿਬ ਨੇ ਜਿਨ੍ਹਾਂ ਨੂੰ ਡੌਨ ਵਾਲੇ ਚੌਧਰੀ ਆਖਦੇ ਨੇ ਉਹਨਾਂ ਦੀ ਜਿਹੜੀ ਤਕਰੀਬ ਹਲਫਬਰਦਾਰੀ ਸੀ ਨਾ ਉਹਦੇ ਵਿੱਚ ਸਾਰੇ ਵਜ਼ੀਰੀਆਲਾ ਵੀ ਜਾਂਦੇ ਨੇ ਉਹਦੇ ਸਾਡੀ ਬਾਜੀ ਮਰੀਮ ਵੀ ਗਈ ਫੱਬ ਫੱਬ ਸੱਜ ਕੇ ਭੈਣ ਸਾਡੀ ਉੱਥੇ ਅਪੜੀ ਤੇ ਬੜੀਆਂ ਵੀਡੀਓ ਛਿੜਿਓ ਛੱਡੀਆਂ ਨੂਨ ਲੀਗ ਵਾਲਿਆਂ ਨੇ ਅੱਜਕੱਲ ਸਲੋ 모ਸ਼ਨ ਤੇ ਛੱਡਦੇ ਨੇ ਮੇਰਾ ਮਤਲਬ ਹੈ ਕਿ ਇਹ ਇਹਨਾਂ ਦੇ ਹੱਥੇ ਕਿਤੇ ਸਲੋ ਮੋਸ਼ਨ ਚੜਿਆ ਪਿੱਛੇ ਗਾਉਣ ਲਾਉਂਦੇ ਨੇ ਵਜਾਉਂਦੇ ਨੇ ਤੇ ਸਲੋ ਮੋਸ਼ਨ ਉਹ ਨਿੱਕੇ ਨੂੰ ਵੀ ਛੱਡਦੇ ਨੇ ਜੀ ਆਪਣਾ ਸ਼ਬਾਸ਼ ਸ਼੍ਰੀਪ ਸਾਹਿਬ ਨੂੰ ਉਹਨਾਂ ਦੀਆਂ ਮੈਂ ਕੁਰਸੀਆਂ ਵਾਲੀ ਤੁਹਾਨੂੰ ਖਬਰ ਸੁਣਾਉਣੀ ਹੈ ਜਰਾ ਕੁੱਟ ਕੇ ਬੈਠੋ ਕੁਰਸੀਆਂ ਮੇਰੇ ਕੋਲ ਖਬਰ ਹੈ ਮੈਂ ਜਰਾ ਉਹਨੂੰ ਥੋੜੀ ਜੀ ਸ਼ਿੰਗਾਰ ਰਿਆਂ ਖਬਰ ਨੂੰ ਚਾ ਆਪਣਾ ਲੰਬੜਦਾਰ ਸਾਹਿਬ ਉੱਤੇ ਕੰਮ ਕਰਦੇ ਨੇ ਤੁਹਾਨੂੰ ਪੂਰੀ ਖਬਰ ਦੇਣੀ ਵੀ ਕੁਰਸੀ ਤੋਂ ਕੀ ਹੋਇਆ ਬੰਦਾ ਕਿਵੇਂ ਕਿੱਧਰ ਨੂੰ ਜਾ ਪਿਆ ਤੇ ਮਾਮਲੇ ਕੀ ਬਣੇ ਉਹ ਦੱਸਾਂਗਾ ਤੁਹਾਨੂੰ ਲੇਕਿਨ ਬਹਰਅਲ ਜਿਹੜੇ ਸ਼ਬਾਸ਼ ਸ਼੍ਰੀ ਸਾਹਿਬ ਨੇ ਉਹਨਾਂ ਦਾ ਰੌਲਾ ਇਹ ਬਣਿਆ ਕਿ ਉਹਨਾਂ ਨੇ ਵੀ ਉਹ ਸਲੋ 모ਸ਼ਨ ਚ ਛੱਡਦੇ ਨੇ ਅੱਜ ਕੱਲ ਬਾਜੀ ਨੂੰ ਵੀ ਛੱਡਿਆ ਉਹਨਾਂ ਨੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਸਲੋ 모ਸ਼ਨ ਤੇ ਥੁੜੀਆਂ ਜੀਆਂ ਤੇ ਉੱਥੇ ਅਲੀ ਅਮੀਨ ਗੰਡਾਪੁਰ ਸਾਹਿਬ ਵੀ ਆਏ ਆਹਮਣਾ ਸਾਹਮਣਾ ਹੋ ਗਿਆ ਟੱਕਰਾਅ ਹੋ ਗਿਆ ਸੀਟਾਂ ਦੇ ਬਹਿਣ ਦਾ ਸੀਟਾਂ ਕਿਤੇ ਕਿਸੇ ਕੰਬਖਤ ਨੇ ਨਾਲ-ਨਾਲ ਲਾ ਛੜੀਆਂ ਹਾਂਜੀ ਇਹ ਜਿਹੜੀ ਅਗਲੀ ਖਬਰ ਹੈ ਵੀ ਉੱਥੇ ਹਵਾਨੇ ਸਦਰ ਵਾਲੇ ਕਿਸੇ ਨੇ ਦਿਲ ਕੀਤਾ ਉਹਦਾ ਵੀ ਦੋਹਾਂ ਦੀ ਲੜਾਈ ਹੋ ਜਾਏ ਤੁਹਾਨੂੰ ਪਤਾ ਹੀ ਹੈ ਵੀ ਉਹ ਜਿਵੇਂ ਇਹਨਾਂ ਨੇ ਇਹ ਨੂਨ ਵਾਲਿਆਂ ਦਾ ਤੁਹਾਨੂੰ ਪਤਾ ਹੈ ਕਿ ਬੇਵਕੂਫ ਗੱਲਾਂ ਕਰਦੇ ਨੇ ਹਾਲਾਂਕਿ ਉਹ ਇਹ ਤੇ ਕਮਹਾਵਰੇ ਚ ਆ ਗਿਆ ਸੀ ਬੈਂਡ ਬਾਜੇ ਬਰਾਤ ਦੇ ਨਾਲ ਅਸੀਂ ਆਵਾਂਗੇ ਇਹਨਾਂ ਜੋ ਉੱਥੇ ਇਹ ਕਿਦੇ ਮੁੰਡਿਓ ਦੰਦ ਬੜੇ ਕੱਢਦੇ ਜੀ ਯਾਰ ਮੈਂ ਲੰਬੜਦਾਰ ਸਾਹਿਬ ਮੈਂ ਹੁਣੇ ਮੇਰਾ خیال ਹੈ ਪੰਜਾਬੀ ਵੀ ਲਾਗੀ ਕਰਨਾ ਛੱਡ ਦਈਏ ਜਿਸ ਵੇਲੇ ਦੰਦ ਕੱਢਣੋਂ ਨਹੀਂ ਆੜਦੇ ਨਾ ਬੰਦੇ ਗੱਲ ਤੋਂ ਮੇਰੀ ਸਮਝ ਤੋਂ ਬਾਹਰ ਹੈ ਵੀ ਯਾਰ ਗਲਤ ਕਰਨ ਦਿਓ ਨਾ ਪਹਿਲਾਂ ਵੀਰ ਮੇਰੇ ਹੋ ਅੱਛਾ ਉਹ ਉਹ ਕਿਸੇ ਨੇ ਕੰਬਖਤ ਨੇ ਉੱਥੇ ਇਹ ਲੰਬੜਦਾਰ ਸਾਹਿਬ ਦੀ ਖਬਰ ਹੈ ਜੀ ਅੰਦਰ ਉਹਨਾਂ ਕੱਢ ਕੇ ਦਿੱਤੀ ਕਿ ਕੁਰਸੀਆਂ ਨਾਲ-ਨਾਲ ਲਾਤੀਆਂ ਪੰਜਾਬ ਦੀ ਤੇ بلوچستان ਵਾਲਾ ਜਿਹੜਾ ਪਰਲੇ ਪਾਸੇ ਬਾਹਤਾ ਤੇ ਨਾਲ-ਨਾਲ ਕੁਰਸੀਆਂ ਲਾਤੀਆਂ ਉਹ ਜੇਸ ਵੇਲੇ ਬਾਜੀ ਉੱਥੇ ਗਈ ਤੇ ਬਾਜੀ ਆਖਿਆ ਮੈਂ ਤੇ ਨਹੀਂ ਇੱਥੇ ਬਹਿਣਾ ਤੇ ਉਹ ਗੰਡਾਪੁਰ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਗੰਡਾਪੁਰ ਸਾਹਿਬ ਲੱਗਦੇ ਜ਼ਰਾ ਥੋੜੇ ਜਿਹਾ ਬੜੇ ਸਖਤ ਨੇ ਪਰ ਵੈਸੇ ਉਹ ਬੜੇ ਮੋਅਜ਼ਜ਼ਬ ਆਦਮੀ ਨੇ ਉਹ ਉਹ ਤੁਹਾਨੂੰ ਦਿਖਣ ਨੂੰ ਲੱਗਦੇ ਨੇ ਵੀ ਉਹ ਬੜੇ ਗੁੱਸੇ ਵਾਲਾ ਬੰਦਾ ਹੈ ਯਾਰ ਲੇਕਿਨ ਸੱਜਣ ਆਦਮੀ ਹੈ ਮੇਰਾ ਮਤਲਬ ਕਹਿਣ ਦਾ ਹੈ ਕਿ ਉਹ ਬੜਾ ਮੁਹੱਜ਼ਬ ਆਦਮੀ ਹੈ ਔਰ ਖਵਤੀਨ ਦਾ ਤੇ ਬਹੁਤ ਹੀ ਇਤਰਾਮ ਕਰਦਾ ਹੈ ਤੇ ਕੁਲੀ ਗੱਲ ਕਰਦਾ ਹੈ ਨਰਮ ਗੱਲ ਕਰਦਾ ਹੈ ਉਹ ਜਿਆਨੀ ਸਖਤੀਆਂ ਗੱਲਾਂ ਕਰਨ ਵਾਲਾ ਬੰਦਾ ਨਹੀਂ ਉਹ ਤੇ ਉਹਨੇ ਪਰਨੂ ਹੋ ਕੇ ਗੱਡਾਪੁਰ ਸਾਹਿਬ ਖਲੋਗੇ ਕਿ ਬੀਬੀ ਪਹਿਲਾਂ ਜਿਹੜੀ ਹੈ ਭੈਣ ਸਾਡੀ ਉਹ ਪਹਿਲਾਂ ਫੈਸਲਾ ਕਰ ਲੈ ਵੀ ਕਿੱਥੇ ਬਹਿਣਾ ਉਹਨੇ ਜ਼ਾਹਿਰ ਹੈ ਲੇਡੀਜ਼ ਫਰਸਟ ਤੇ ਉਹ ਆਪਣਾ ਉਹਨਾਂ ਆਖਿਆ ਵੀ ਮੈਂ ਇੱਥੇ ਐਸੀਟ ਤੇ ਨਹੀਂ ਬਹਿਣਾ ਜੋ ਮਰਜ਼ੀ ਹੋ ਜੇ ਉਹਨਾਂ ਫਿਰ ਜਿਹੜੀ ਪਰਲੇ ਪਾਸੇ ਸੀਟਾਂ ਛੜਨਾ ਉੱਥੇ ਉਹਨਾਂ ਜਾ ਸੀਟ ਲਈ ਤੇ ਉਹਨਾਂ ਆਖਿਆ ਕਿ ਮੇਰੇ ਨਾਲ ਜਿਹੜਾ ਨਾ ਜਿੱਧਰ ਗੰਡਾਪੁਰ ਸਾਹਿਬ ਬੈਠੇ ਨੇ ਉਧਰ ਹਾਲਾਂਕਿ ਉਹ ਜਿਹੜੇ ਆਪਣੇ ਹੈ ਸਨ ਵਜ਼ੀਰੇਆਲਾ بلوچستان ਦੇ ਉਹ ਨਾਲ ਬਹਿ ਕੇ ਗੰਡਾਪੁਰ ਸਾਹਿਬ ਦੇ ਪਰ ਉਹ ਬਾਜੀ ਨੇ ਫਿਰ ਵੀ ਆਖਿਆ ਵੀ ਨਹੀਂ ਹਾਲਾਂਕਿ ਉਹ ਲੈਂ ਜਿਹੜੀ ਉਹ ਵਜ਼ੀਰੇਆਲਾ ਦੀ ਸੀ ਉਹਨਾਂ ਆਖਿਆ ਨਹੀਂ ਇੱਥੇ ਮੇਰੀ ਕੋਈ ਖਾਤੂਨ ਵਜ਼ੀਰ ਵੀ ਨਾਲ ਬੈਗੀ ਮੈਂ ਖਤਰਾ ਮਹਿਸੂਸ ਕਰ ਰਹੀ ਮੈਂ ਇੱਥੇ ਨਹੀਂ ਬਹਿਣਾ ਫਿਰ ਜਨਾਬ ਪਿੱਛੋਂ ਬਾਜੀ ਆਪਣੀ ਉਹ ਡੋਡੋ ਆਂਦੇ ਨੇ ਉਹਨੂੰ ਪਤਾ ਨਹੀਂ ਕੀ ਆਖਦੇ ਨੇ ਬਾਜੀ ਸਾਡੀ ਨੂੰ ਮੈਨੂੰ ਨਹੀਂ ਪਤਾ ਕਿਉਂ ਆਖਦੇ ਨੇ ਡੋਡੋ ਸ਼ਾਇਦ ਨਿਕਨੇਮ ਹੋਵੇ ਘਰਾਂ 'ਚ ਹੁੰਦਾ ਹੈ ਨਾ ਮੇਰਾ ਮਤਲਬ ਹੈ ਕਿ ਘਰਾਂ ਦੇ ਵਿੱਚ ਨਾ ਤੁਹਾਨੂੰ ਪਤਾ ਹੁੰਦਾ ਹੀ ਨਹੀਂ ਨਾ ਮੁੰਨੀ ਨੰਨੀ ਨਾਂ ਹੁੰਦੇ ਹੀ ਨੇ ਨਾ ਇਸ ਤਰੀਕੇ ਨਾਲ ਤੇ ਉਹ ਸ਼ਾਇਦ ਘਰ ਵਾਲਿਆਂ ਨੇ ਡੋਡੋ ਨਾਂ ਰੱਖਿਆ ਹੋਵੇ ਭੈਣ ਸਾਡੀ ਦਾ ਨਿੱਕੀ ਹੁੰਦੀ ਦਾ ਉਹ ਬਹਰਲ ਉਹ ਬਾਜੀ ਡੋਡੋ ਨੂੰ ਪਿੱਛੇ ਸੱਦਿਆ ਉਹਨਾਂ ਨੂੰ ਸੱਦ ਕੇ ਉਹਨਾਂ ਬਾਇਆ ਵੀ ਤੂੰ ਨਾਲ ਬਹਿ ਫੇਰ ਬਾਜੀ ਬੈਠੀ ਫੇਰ ਬਾਜੀ ਪੈਰ ਲਾਇਆ ਪਹਿਲਾਂ ਬਾਜੀ ਉੱਥੇ ਬਹਿਣ ਨੂੰ ਤਿਆਰ ਨਹੀਂ ਸੀ ਉਹ ਹਣ ਜਦੋਂ ਤੁਸੀਂ ਵੀਡੀਓ ਵੇਖੋ ਤਾਂ ਉਹਦੇ 'ਚ ਇੱਕ ਕੁਰਸੀ ਖਾਲੀ ਜੇ ਉਹਦੇ ਵਿੱਚ ਇੱਕ ਕੁਰਸੀ ਖਾਲੀ ਐ ਉਹ ਫੱਡਾ ਇਨਾ ਪਿਆ ਵੀ ਬਾਜੀ ਆਖਿਆ ਵੀ ਮੈਂ ਇੱਥੇ ਬਹਿਣਾ ਹੀ ਨਹੀਂ ਬਾਜੀ ਪਰਾਂ ਜਾ ਕੇ ਬੈਠੀ ਯਾ ਪਤਾ ਨਹੀਂ ਫਿਰ ਗੰਡਾਪੁਰ ਸਾਹਿਬ ਨੂੰ ਆਖਿਆ ਵੀ ਤੁਸੀਂ ਪਰਾਂ ਹੋ ਕੇ ਬਹਿ ਜੂਜੀ ਥੋੜੇ ਜੇ ਪਰ ਗੰਡਾਪੁਰ ਸਾਹਿਬ ਨੇ ਉੱਥੇ ਬੜਾ ਤਾਵਨ ਕੀਤਾ ਉਹਨਾਂ ਕਹਿੰਿਆ ਜੀ ਜੋ ਇਹ ਖਾਤੂਨ ਨੇ ਜਿੱਥੇ ਕੰਫਟੇਬਲ ਨੇ ਬਹਿਣ ਸਾਨੂੰ ਕੋਈ ਰੌਲਾ ਦੋਲਾ ਨਹੀਂ ਅਸੀਂ ਤੇ ਆਪ ਨਹੀਂ ਬਹਿਣਾ ਚਾਹੁੰਦੇ ਅਸੀਂ ਤੇ ਆਪ ਆਪਣਾ ਕੰਮ ਕਰਨ ਆਏ ਸਾਡੇ ਸੂਬੇ ਦਾ ਬੰਦਾ ਹੈ ਜਿਹੜਾ ਚੀਫ ਜਸਟਿਸ ਬਣਿਆ ਅਫਰੀਦੀ ਸਾਹਿਬ ਤੇ ਸਾਨੂੰ ਤੇ ਅਮੈਂਡਮੈਂਟ ਨਾਲ ਮਸਲਾ ਸੀ ਜਜ ਸਾਹਿਬ ਨਾਲ ਤੇ ਮਸਲਾ ਕੋਈ ਨਹੀਂ ਅਸੀਂ ਤੇ ਆਪਣਾ ਕੰਮ ਕਰਤਾ ਗੰਡਾਪੁਰ ਸਾਹਿਬ ਨੇ ਬਹੁਤ ਹੀ ਉੱਥੇ ਜ਼ਬਰਦਸਤ ਬਿਹੇਵੀਅਰ ਦਾ ਸਬੂਤ ਦਿੱਤਾ ਤੇ ਆਪਣੀ ਕੁਰਸੀ ਤੇ ਬਹਿ ਕੇ ਤੇ ਆਪਣੀ ਜਿਹੜੀ ਉਹ ਕੰਮ ਕੀਤਾ ਲੇਕਿਨ ਕਹਿਣ ਦਾ ਮਤਲਬ ਹੈ ਕਿ ਬਾਜੀ ਮਤਲਬ ਗੰਡਾਪੁਰ ਸਾਹਿਬ ਉਸੇ ਕੁਰਸੀ ਤੇ ਬੈਠੇ ਜਿਹੜੀ ਉਹਨਾਂ ਦੀ ਲੱਗੀ ਸੀ ਉਹ ਨਹੀਂ ਉਹਨਾਂ ਨੂੰ ਹਿਲਣਾ ਨਹੀਂ ਪਿਆ ਉਤੋਂ ਲੇਕਿਨ ਬਾਜੀ ਜਿਹੜੀ ਹੈ ਉਹ ਪਰਾਂ ਦੀ ਪਰਾਂ ਨਿਕਲ ਗਈ ਤੇ ਉਹਨਾਂ ਨਾਲ ਜਿਹੜਾ ਜੀ ਉਹ ਆਪਣੀ ਵਜ਼ੀਰ ਭਾਈ ਤੇ ਫੇਰ ਉਹਨਾਂ ਕੰਮ ਚਲਾਇਆ ਇਹ ਉਤੋਂ ਮੈਨੂੰ ਖਬਰ ਦਿੱਤੀ ਜੇ ਆਪਣੇ ਅ ਜਿਹੜੇ ਲੱਬਰਦਾਰ ਸਾਹਿਬ ਨੇ ਉਹ ਤੁਹਾਨੂੰ ਪਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਹਵਾਨੇ ਸਦਰ وزیراعظم ਹਾਸ ਕੈਬਨਟ ਇਹ ਗੰਡਾਪੁਰ ਸਾਹਿਬ ਆਪਣਾ ਜਿਹੜਾ ਲੰਬੜਦਾਰ ਸਾਹਿਬ ਨੇ ਯਾ ਵਜ਼ੀਰ ਇਲਾਹਾਉਸ ਇੱਥੇ ਸਾਰੀਆਂ ਮੇਰਾ ਮਤਲਬ ਹੈ ਕਿ ਲੰਬੜਦਾਰ ਸਾਹਿਬ ਦੀ ਜਿੰਨੀ ਅਪਰੋਚ ਹੈ ਓਡੀ ਜਦੋਂ ਅਸੀਂ ਵਜ਼ੀਰ ਆਜ਼ਮ ਨਾਲ ਸਾਂ ਯਕੀਨ ਕਰੋ ਸਾਡੀ ਵੀ ਨਹੀਂ ਸੀ ਉਹਨੀਆਂ ਖਬਰਾਂ ਸਾਡੇ ਕੋਲ ਵੀ ਨਹੀਂ ਸੀ ਆਉਂਦੀਆਂ ਚੌਧਰੀ ਸਾਹਿਬ ਦੀਆਂ ਵੀ ਅੰਦਰ ਦੀਆਂ ਸਾਰੀਆਂ ਖਬਰਾਂ ਲੰਬੜਦਾਰ ਸਾਹਿਬ ਕੋਲ ਹੁੰਦੀਆਂ ਨੇ ਇਸ ਲਈ ਹੈ ਜਿਹੜੀਆਂ ਖਬਰਾਂ ਤੁਹਾਨੂੰ ਦਿੰਨੇ ਇਹਦੇ ਚ ਕੋਈ ਦਿਨ ਆਏਗਾ ਰੱਬ ਦੇ ਹੁਕਮ ਨਾਲ ਤੁਹਾਨੂੰ ਲੰਬੜਦਾਰ ਸਾਹਿਬ ਨਾਲ ਮਿਲਾਵਾਵਾਂਗੇ ਕੋਈ ਰੱਬ ਆਏਗਾ ਆਏਗਾ ਕਿਸ ਦਿਨ ਰੱਬ ਲੈ ਆਏਗਾ ਉਹ ਜੇ ਆਵਿਲਾ ਵੀ ਔਰ ਤੁਸੀਂ ਖੁਸ਼ ਹੋਵੋਗੇ ਔਰ ਲੰ لمردار صاحب جڑے نے او بڑے نیک آدمی نے ابھی میں ਤੁਹਾਨੂੰ ਦੱਸਦੇ ਆਂ ਤੇ ਬੜੀ ਦਰਦ ਦੇ ਦਿਲ ਰੱਖਦੇ ਨੇ ਤੁਹਾਡੇ ਸਾਰਿਆਂ ਵਾਸਤੇ ਵੀ ਪਾਕਿਸਤਾਨ ਵਾਸਤੇ ਵੀ ਤੇ ਉਹਨਾਂ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਤੁਸੀਂ دعا ضرور ਕਰਨੀ ਥੋੜੀ ਜੀ ਸਿਹਤ ਅੱਜ ਕੱਲ ਖਰਾਬ ਰਹਿੰਦੀ ਹੈ ਤੇ ਥੋੜੀ ਜੀ ਸਿਹਤ ਵਾਸਤੇ ਉਹਨਾਂ ਦੀ دعا ਕਰਨੀ ਕਿ ਰੱਬ ਉਹਨਾਂ ਨੂੰ ਹਯਾਤੀ ਦੇਵੇ ਤੇ ਤੁਹਾਡੇ ਸਾਡੇ ਤੱਕ ਖਬਰਾਂ ਜਿਹੜਾ ਉਹ અપਾਉਂਦੇ ਰਹਿਣ ਲਓ ਜੀ ਮੈਨੂੰ ਦਿਓ ਇਜਾਜ਼ਤ ਤੇ ਰੱਬਾ